ਘਰ ਆ ਸਰ ਮੇਰੀ ਬੇਟੀ ਦਾ ਨਾਮ 2018 ਚ ਸਗਨ ਕਰਾ ਕੇ ਗਈ ਸੀਗੀ ਤੇ ਉਸ ਤੋਂ ਬਾਅਦ ਸਾਲ ਬਾਅਦ ਆ ਗਈ ਸਾਲ ਬਾਅਦ ਸ਼ਾਦੀ ਕਰਾ ਕੇ ਚਲੀ ਗਈ ਤੇ ਉਸ ਤੋਂ ਬਾਅਦ ਉਹਨੇ ਉਸ ਤੋਂ ਬਾਅਦ ਲੋਕਡਾਊਨ ਲੱਗ ਗਿਆ ਸਾਨ 4 ਮਹੀਨੇ ਬਾਅਦ ਪਹਿਲਾਂ ਇਹ ਕਹਿ ਰਹੇ ਸੀ ਵੀ 6 ਮਹੀਨੇ ਪੁਰਾਣਾ ਵਿਆਹ ਦਿਖਾਉਣਾ ਪਊਗਾ ਵੀ 6 ਮਹੀਨੇ ਬਾਅਦ ਫਾਈਲ ਲੱਗੂਗੀ ਉਸ ਤੋਂ ਬਾਅਦ ਲੋਕਡਾਊਨ ਲੱਗ ਗਿਆ ਲੋਕਡਾਊਨ ਕਰਕੇ ਬੱਚੇ ਨੂੰ ਉਧਰ ਕੰਮ ਨਹੀਂ ਸੀ ਮਿਲ ਰਿਹਾ ਸਰ ਤੇ ਇਹ ਮੁੰਡਾ ਕਹਿ ਰਿਹਾ ਸੀ ਵੀ ਤੂੰ ਮੈਨੂੰ ਬੁਲਾਉਂਦੀ ਨਹੀਂ ਹੈਗੀ ਉਹ ਮੈਨੂੰ ਕਹਿੰਦੀ ਸੀ ਵੀ ਮੰਮੀ ਮੈਂ ਬੁਲਾਵਾਂ ਕਿਵੇਂ ਵੀ ਜਦ ਲੋਕਡਾਊਨ ਆ ਉਧਰ ਵੀ ਫਲਾਈਟਾਂ ਨਹੀਂ ਚੱਲ ਰਹੀਆਂ ਬਾਕੀ ਮੈਂ ਇੱਥੇ ਹੀ ਬੰਦ ਨੇਗੀਆਂ ਵੀ ਇੱਦਾਂ ਸਾਨੂੰ ਕੰਮ ਵੀ ਨਹੀਂ ਮਿਲ ਰਿਹਾ ਤੇ ਵੀ ਮੈਂ ਇਹ ਬੁਲਾਵਾਂ ਕਿਹੜੇ ਤਰੀਕੇ ਨਾਲ ਉਹਨੂੰ ਵੀ ਜਦੋਂ ਫਲਾਈਟਾਂ ਖੁੱਲ ਜਾਣਗੀਆਂ ਉਦੋਂ ਮੈਂ ਫਾਈਲ ਅਪਲਾਈ ਕਰ ਦੂੰਗੀ ਤੇ ਉਸ ਤੋਂ ਬਾਅਦ ਬੁਲਾ ਲੂੰਗੀ ਇਹ ਸਾਰਾ ਕੁਛ ਕਰ ਰਹੀ ਸੀ ਸਰ ਫੋਨ ਵੀ ਚੱਕਦੀ ਸੀਗੀ ਮੇਰੀ ਬੇਟੀ ਲਾਸਟ ਟਾਈਮ 23 ਤਰੀਕ ਨੂੰ ਗੱਲ ਹੋਈ ਹੈ ਕਿ ਬੇਟੀ ਦੀ 8 ਮਿੰਟ 58 ਸਕਿੰਟ ਬੇਟੀ ਦੀ ਮੁੰਡੇ ਨਾਲ ਉਸ ਦਿਨ ਉਹਨੇ ਕਿਹਾ ਕਹਿੰਦਾ ਮੈਨੂੰ ਵੀ ਕਾਗਜ਼ ਲਿਆ ਦੇ ਸੰਗਰੂਰ ਤੋਂ ਆਹ ਕਰਕੇ ਆਪਦੇ ਕੰਮ ਤੋਂ ਜਿੱਥੇ ਕੰਮ ਤੇ ਲੱਗੀ ਹੋਈ ਆ ਉਹਨੇ ਮੇਰੀ ਬੇਟੀ ਨੇ ਕਿਹਾ ਕਹਿੰਦੀ ਮੈਂ ਕੱਲ੍ਹ ਨੂੰ ਵੀਰਵਾਰ ਆ ਵੀ ਕੱਲ੍ਹ ਨੂੰ ਮੈਂ ਸੁਨੇਹਾ ਜਲਦੀ ਉੱਠੂੰਗੀ ਜਲਦੀ ਉੱਠ ਕੇ ਉੱਥੋਂ ਕੰਮ ਤੋਂ ਤੁਹਾਨੂੰ ਕਾਗਜ਼ ਲਿਆ ਦੂੰਗੀ ਕਿਸ ਤਰ੍ਹਾਂ ਲਵਪ੍ਰੀਤ ਕਿਸ ਤਰ੍ਹਾਂ ਤੁਹਾਡੇ ਨਾਲ ਪਹਿਲਾਂ ਕਿਵੇਂ ਤੁਹਾਡੇ ਨਾਲ ਵਰਤਦਾ ਸੀ ਜਾਂ ਕੁੜੀ ਨਾਲ ਵਰਤਦਾ ਸੀ ਤੇ ਕੀ ਇਹ ਲੱਗਦਾ ਕਿ ਸੁਸਾਇਡ ਕਿਉਂ ਕੀਤੀ ਨਹੀਂ ਸਰ ਸੁਸਾਇਡ ਜਮੇ ਨਹੀਂ ਕੀਤੀ ਹੈਗੀ ਉਹਨੇ ਬਿਲਕੁਲ ਵੀ ਇਦਾਂ ਦੀ ਕੋਈ ਗੱਲ ਨਹੀਂ ਇਦਾਂ ਦੀ ਸਾਨੂੰ ਪਹਿਲਾਂ ਦੱਸਦੇ ਉਹ ਜੇ ਸੁਸਾਇਡ ਕਰਨ ਵਾਲਾ ਹੁੰਦਾ ਉਹ ਸੁਸਾਇਡ ਬਿਲਕੁਲ ਨਹੀਂ ਕੀਤੀ ਹੈਗੀ ਉਹਨੇ ਉਹਦੀ ਅਦਰੂਨੀ ਕੋਈ ਮੌਤ ਹੋਈ ਹੈ ਕਿ ਕੋਈ ਇਦਾਂ ਦਾ ਕੋਈ ਕਾਰਨ ਨਹੀਂ ਹੈਗਾ ਪਹਿਲਾਂ ਤੇਰੀ ਪਰਿਵਾਰ ਨੇ ਤੁਹਾਨੂੰ ਤੁਹਾਡੇ ਨਾਲ ਗੱਲ ਕੀਤੀ ਬਿਲਕੁਲ ਨਹੀਂ ਸਰ ਜਮੇ ਅਸੀਂ ਜਾ ਕੇ ਵੀ ਆਇਆ ਮੁੰਡਾ ਹੋਏ ਤਾਂ ਵਿਚੋਲਾ ਵਿਚੋਲਣ ਸਾਡੇ ਨਾਲ ਸੀਗੇ ਵਿਚੋਲੇ ਦੀ ਮਾਂ ਸੀਗੀ ਤੇ ਵਿਚੋਲਾ ਆਪ ਸੀਗਾ ਤੇ ਉਸ ਤੋਂ ਬਾਅਦ ਅਸੀਂ ਦੋਨੇ ਜਾਣੇ ਅਸੀਂ ਗਏ ਆਂ ਕਿ ਗੱਡੀ 'ਚ 4 ਜਾਣੇ ਇਕੱਠੇ ਗਏ ਜੇ ਉਹਨਾਂ ਨੂੰ ਕੋਈ ਇਦਾਂ ਦੀ ਪ੍ਰੋਬਲਮ ਹੈਗੀ ਸੀ ਉਹਨਾਂ ਦੇ ਬੇਟੇ ਨੂੰ ਵੀ ਸਾਨੂੰ ਉਹ ਦੱਸ ਦਿਓ ਉਹ ਕਿਹੜਾ ਉਹਨਾਂ ਸਾਡੇ ਵਿੱਚ ਕੋਈ ਹੋਰ ਸੀਗਾ ਚੌਥਾ ਬੰਦਾ ਹੋਰ ਹੈ ਨਹੀਂ ਸੀਗਾ ਅਸੀਂ ਸੀਗੇ ਘਰ ਦੇ ਮੈਂਬਰ ਉਹ ਸੀ ਉਧਰ ਉਹ ਸੀਗੇ ਜੇ ਇਦਾਂ ਦੀ ਕੋਈ ਪ੍ਰੋਬਲਮ ਆ ਰਹੀ ਸੀ ਉਹਨਾਂ ਨੂੰ ਜਿਵੇਂ ਹੁਣ ਮੀਡੀਆ ਤੇ ਕਹਿ ਰਹੇ ਨੇ ਵੀ ਸਾਨੂੰ ਪਹਿਲਾਂ ਪਤਾ ਸੀਗਾ ਤੇ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਸੀਗੀ ਇਹ ਤਾਂ ਹੁਣ ਬਸ ਕੁੜੀ ਸਿਰ ਇਲਜ਼ਾਮ ਲਾ ਰਹੇ ਨੇ ਨਹੀਂ ਜੀ ਸਰ ਬਿਲਕੁਲ ਨਹੀਂ ਸੀ ਕਰਦਾ ਸਾਨੂੰ ਜਮੀ ਨਹੀਂ ਸੀ ਬਿਲਕੁਲ ਦੱਸ ਰਿਹਾ ਹੈਗਾ ਉਹਦੀ ਭੈਣ ਨੇ ਵੀ ਨਹੀਂ ਕੀਤਾ ਸਰ ਜਮੀ ਬਿਲਕੁਲ ਵੀ ਤੁਹਾਡੀ ਕੁੜੀ ਨੇ ਦੱਸਿਆ ਤੁਹਾਨੂੰ ਕੀ ਉਹ ਪਤੰਗ ਕਰਦੇ ਜਾਂ ਕੋਈ ਸਾਡੀ ਕੁੜੀ ਦੱਸ ਦਿੰਦੀ ਸੀ ਸਰ ਕਹਿੰਦੀ ਮੈਨੂੰ ਐ ਕਹਿੰਦਾ ਵੀ ਮੈਨੂੰ ਕਹਿੰਦਾ ਵੀ ਤੂੰ ਮੈਨੂੰ ਬੁਲਾਉਂਦੀ ਨਹੀਂ ਇੱਧਰ ਵੀ ਇਦਾਂ ਮੈਂ ਐ ਕਹਿੰਦੀ ਸੀਗੀ ਵੀ ਮੈਂ ਬੁਲਾਵਾਂ ਕਿਹੜੇ ਹਿਸਾਬ ਨਾਲ ਤੇ ਉਹ ਕਹਿੰਦਾ ਮੇਰੇ ਦੋਸਤਾਂ ਨਾਲ ਗੱਲ ਕਰ ਲੈ ਮੇਰੀ ਬੇਟੀ ਨਹੀਂ ਕਰਦੀ ਸੀਗੀ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਹੁਣ ਤੁਹਾਡੇ ਤੇ ਇਲਜ਼ਾਮ ਲਾਏ ਜਾ ਰਹੇ ਨੇ ਕਿ ਤੁਹਾਡੀ ਬੇਟੀ ਨੇ ਤੁਹਾਡੀ ਬੇਟੀ ਕਰਕੇ ਉਹ ਮੁੰਡਾ ਸੁਸਾਇਡ ਆਤਮ ਹੱਤਿਆ ਕਰ ਗਿਆ ਤੇ ਉਹਨੂੰ ਡਿਪੋਰਟ ਕੀਤਾ ਜਾਵੇ ਕੀ ਕਿਸਾ ਦੇਖਦੇ ਹੋ ਇਸ ਪਿੰਡ ਦੇ ਹੋਰ ਕੁੜੀ ਦਾ ਨਾਮ ਜ਼ਿਕਰ ਵੀ ਕੀਤਾ ਜਾਂਦਾ ਇਹ ਤਾਂ ਸਰ ਇਹਨਾਂ ਨੂੰ ਮੀਡੀਆ ਵਾਲਿਆਂ ਨੂੰ ਚਾਹੀਦਾਗਾ ਦੇਖ ਕੇ ਮੀਡੀਆ ਤੇ ਜਿਹੜੀਆਂ ਖਬਰਾਂ ਲਾ ਦਿੰਦੇ ਝੂਠੀਆਂ ਸੱਚੀਆਂ ਇਹਨਾਂ ਨੂੰ ਛਾਣਬੀਣ ਕਰਕੇ ਇਦਾਂ ਦਾ ਕੰਮ ਕਰਨਾ ਚਾਹੀਦਾਗਾ ਮੀਡੀਆ ਵਾਲਿਆਂ ਨੂੰ ਗਾਹਾਂ ਵਾਸਤੇ ਕੌਣ ਛੱਡੂਗਾ ਜੇ ਇਦਾਂ ਦੀ ਝੂਠੀਆਂ ਸੱਚੀਆਂ ਖਬਰਾਂ ਲਾਉਣ ਲੱਗੇ ਛਾਣਬੀਣ ਕਰਕੇ ਖਬਰ ਲਾਉਣ ਫਿਰ ਇਹਨਾਂ ਦਾ ਪਤਾ ਲੱਗਦਾਗਾ ਅਸਲ ਸੱਚ ਮੂਹਰੇ ਸਾਹਮਣੇ ਆਉਂਦਾਗਾ ਹਾਂਜੀ ਸਰ ਸੋਸ਼ਲ ਮੀਡੀਆ ਤੇ ਜਿਹੜੀ ਝੂਠੀਆਂ ਖਬਰਾਂ ਪਾ ਰਹੇ ਨੇ ਨਾ ਇਹਨਾਂ ਦੀ ਨਕੇਲ ਕਸੀ ਜਾਣੀ ਚਾਹੀਦੀ ਹੈ ਜੀ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਨਾ ਸਰ ਤੁਹਾਡੀ ਬੇਟੀ ਦੀ ਕੀ ਕਿਸ ਤਰ੍ਹਾਂ ਦੇ ਹਾਲਾਤ ਨੇ ਬਹੁਤ ਮਾੜੇ ਨੇ ਸਰ ਉਹਨਾਂ ਨੂੰ ਬਹੁਤ ਧਮਕੇ ਮੇਰੀ ਬੇਟੀ ਨੂੰ ਬਹੁਤ ਧਮਕੇ ਮਿਲ ਰਹੀਆਂ ਨੇ ਕੋਈ ਕਿਸ ਤਰ੍ਹਾਂ ਦੇ ਲੋਕ ਦੇ ਰਹੇ ਨੇ ਉੱਥੇ ਇਹ ਮੁੰਡੇ ਸਰ ਇੱਕ ਤਾਂ ਉਹ ਜਿਹੜੇ ਇਹਨਾਂ ਦੇ ਭੂਆ ਦੇ ਮੁੰਡਾ ਗਾ ਸਮਝ ਉਹਦੇ ਦੋਸਤ ਵੀ ਇਹਨੂੰ ਧਮਕੇ ਦੇ ਰਹੇ ਨੇ ਵੀ ਤੁਹਾਨੂੰ ਰਿਪੋਰਟ ਕੀਤਾ ਜਾਊਗਾ ਤੁਹਾਨੂੰ ਐਂ ਕਰਾਇਆ ਜਾਊਗਾ ਪਰ ਹਾਲਾਤ ਬਹੁਤ ਮਾੜੇ ਨੇ ਅੱਜ ਮੇਰੀ ਬੇਟੀ ਦੇ ਉਹ ਇਕੱਲੀ ਰਹਿ ਰਹੀ ਆ ਉੱਥੇ ਅਸੀਂ ਤਾਂ ਇੱਥੇ ਹੁਣ ਸਾਰਾ ਪਰਿਵਾਰ ਆਂਗੇ ਉਹਦਾ ਜਾਣੀ ਮੰਨ ਕੇ ਚੱਲੋ ਤੁਸੀਂ ਉੱਧਰ ਕੋਈ ਨਹੀਂ ਹੈਗਾ ਜਦੋਂ ਉੱਥੇ ਜਿਹੜੇ ਖਰਚਾ ਪਾਣੀ ਸੀ ਉਹ ਕੌਣ ਭਰਦਾ ਸੀ ਉੱਥੇ ਲੜਕੀ ਨੇ ਕਦੇ ਪੈਸੇ ਤੁਹਾਨੂੰ ਭੇਜੇ ਨਹੀਂ ਸਰ ਬਿਲਕੁਲ ਨਹੀਂ ਉਹਦਾ ਆਪਦੇ ਖਰਚਾ ਪਾਣੀ ਸਰ ਮਸਾ ਨਿਕਲਦਾ ਸੀਗਾ ਇੱਕ ਮੇਰੀ ਬੇਟੀ ਨੇ ਥੋੜੀ ਸਿਰ ਦੀ ਪ੍ਰੋਬਲਮ ਸੀਗੀ ਸਿਰ ਦੀ ਪ੍ਰੋਬਲਮ ਕਰਕੇ ਕਿਸੇ ਟਾਈਮ ਕੰਮ ਵੀ ਨਹੀਂ ਸੀ ਹੁੰਦਾ ਰੋਟੀ ਵੀ ਨਹੀਂ ਸੀ ਖਾ ਰਹੀ ਉਹ ਮੰਨ ਕੇ ਚੱਲੋ ਤੁਸੀਂ ਪੈਸੇ ਕਿਹਨੂੰ ਭੇਜਦੀ ਸੀ ਉਹ ਉੱਥੇ ਇਹਨੂੰ ਭੇਜਦੀ ਸੀ ਮੁੰਡੇ ਸਰ ਜੇ ਵੱਧ ਸੀ ਫਿਰ ਲੜਦਾ ਸੀਗਾ ਜੇ ਮਾੜੀ ਮੋਟੀ ਬਚਤ ਹੁੰਦੀ ਸੀਗੀ $100-$150 ਕਦੇ ਪਾਤਾ ਕਦੇ 200 ਪਾਤਾ ਏਦਾਂ ਮੁੰਡਾ ਮਗਾਈ ਜਾਂਦਾ ਸੀਗਾ ਸਾਨੂੰ ਕੋਈ ਪੈਸਾ ਨਹੀਂ ਭੇਜਿਆ ਹੈਗਾ ਸਰ ਲੜਕੀ ਥੋੜੀ ਪੱਕੀ ਹੋ ਗਈ ਕਿ ਉਹਦੇ ਕੱਚੀ ਹੈ ਜੀ ਨਾ ਹਜੇ ਵਰਕ ਪਰਮਿਟ ਦਾ ਸਰ ਤੁਸੀਂ ਕੀ ਇਨਸਾਫ ਚਾਹੁੰਦੇ ਹੋ ਅਸੀਂ ਤਾਂ ਸਰ ਇਹ ਇਨਸਾਫ ਚਾਹੁੰਦੇ ਹਾਂਗੇ ਵੀ ਇਹ ਇਨਸਾਫ ਹੋਣਾ ਚਾਹੀਦਾ ਇਸ ਗੱਲ ਦਾ ਜਿਹੜੇ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀਆਂ ਨੇ ਨਾ ਇਹਨਾਂ ਨੂੰ ਮਾੜਾ ਜਿਹਾ ਦੇਖ ਕੇ ਵੀਡੀਓ ਵਾਇਰਲ ਕਰਨੀ ਚਾਹੀਦੀ ਹੈ ਸਰ ਅਸੀਂ ਤਾਂ ਇਹੀ ਗੱਲ ਕਹਿੰਦੇ ਹਾਂ ਕਿ ਵੀ ਜੇ ਉਹ ਉਹਨਾਂ ਦਾ ਪੁੱਤ ਸੀ ਸਾਡਾ ਵੀ ਪੁੱਤ ਸੀਗਾ ਅਸੀਂ ਧੀ ਦੇ ਕੇ ਪੁੱਤ ਲੈਤਾ ਸੀ ਦੁੱਖ ਸਾਨੂੰ ਵੀ ਉਨਾ ਹੀ ਹੈਗਾ ਜਿੰਨਾ ਉਹਨਾਂ ਨੂੰ ਅੱਜ ਇਸ ਟਾਈਮ ਅਸੀਂ ਵੀ ਬਹੁਤ ਦੁੱਖ ਦੀ ਘੜੀ 'ਚ ਗੁਜ਼ਰ ਰਹੇ ਹਾਂ ਇਹ ਰੋਜ਼ ਰੋਜ਼ ਕਰਨੇ ਰਿਸ਼ਤੇ ਕਿਹੜਾ ਸੌਖੇ ਨੇ ਉਹਨੂੰ ਸਰ ਅਸੀਂ ਕਹਿ ਕਹਿ ਰਹੇ ਹਾਂ ਸੋਸ਼ਲ ਮੀਡੀਆ ਤੇ ਵੀ ਸੋਸ਼ਲ ਮੀਡੀਆ ਵਾਲਿਆਂ ਨੂੰ ਇਹ ਦੇਖਣਾ ਚਾਹੀਦਾ ਕਿ ਦੋਨਾਂ ਧਿਰਾਂ ਦੀ ਸੁਣਨੀ ਚਾਹੀਦੀ ਆ ਇੱਕ ਦੇ ਪੱਖ ਦੀ ਗੱਲ ਨਹੀਂ ਕਰਨੀ ਚਾਹੀਦੀ ਦੋਨਾਂ ਧਿਰਾਂ ਦੀ ਸੁਣੋ ਉਹਨਾਂ ਦੀ ਵੀ ਸੁਣੋ ਸਾਡੀ ਵੀ ਸੁਣੋ ਵੀ ਸਾਡੀ ਵੀ ਸੁਣਵਾਈ ਹੋਣੀ ਚਾਹੀਦੀ ਆ
एक घर की सुन के सोशल मीडिया से पाना वायरल होनी चाहिए, दोनों तरह का पक्ष लेना चाहिए, दोनों तरह की सुनो बह के निकल आगा नतीजा। जो सानू सर उदो दसा गया अटैक हो गया, फोन करके पूछा भी कपड़े तुसी लेके आओगे, साडा जमाई सी साडा हक बनदा गा कपड़े लेके जाने ने, असि सारा कुछ सारिया रस्म उदे करके आए गए, साडी कुड़ी ने बेटी ने साडी ने 3 बजे चाचा जी ने कॉल की, जो इधर 3 बजे गए उन्होंने संस्कार समझ नमाउन लगे थे, उस तो बाद साडी बेटी नू दिखाया उहदा मूंह, साडी बेटी बहुत रो रही थी, असि उस तो पहला किसी होर कुड़ी ने फोन किया भी तू उस तो पहला उहदे उठण तो पहला उत्थे चली जा भी ऐ करके गल आ होगी, भी वो एकदम प्रेशर पाऊगी दिमाग ते, ते वो कुड़ी ने जाके ठाया भी तैनू इन्नियां कॉल आ रही ने भी तू फोन चक, फिर जब उन्हें फोन लाया उन्हें समझ उठे उन्होंने घर ही सहरे परिवार के उठे रो रहे थे बहुत ज्यादा, जानी बेटी ने पता लग गया जो पता भी इदा इदा करके वो मंजे ते पिया सीगा मुंडा, ते फिर उन्हें फोन समझ शाम नूं फिर उस तो बाद जब उठे लए गए संस्कार घर च उठे फिर कुड़ी ने कॉल लाई, 2 बार कॉल लाई, फिर सामी फिर कॉल लाई है, फिर इन्होंने सामी कॉल चक्की नहीं है बिल्कुल भी, 3 फोन से कॉल लाई है, 3 फोन की कॉल नहीं चक्की हैगी।